बनावा अज कुछ समझ नहीं आ गई, चल दाल बनानी है। दाल छेती बन जानी दाल छेती बना दिनी बच्चे उठे कि नहीं नहीं अजे नहीं उठे दोवे नहीं उठे बड़ी माड़ी गल वा अद्धे अद्धे दिन तक पे रहते हैं इन्हें नहीं पता इन्हों को टाइम ना उठी है टाइम ना काम कुम कर दी है कोई तुम देखो हाँ दाल वाल तो मैं उठा के आवा इन्हों फिर कहना डैडी गुस्से होंगे तो उन्होंने तो हूं आई नौ बज गए अपने चिड़का मार लो उन्हें आ जाओ मारत ही वेखो भाजी मेरी सुनो गल तुहानू अगे भी दो तीन बारी फोन किया दो प्यालियां रहिंदियां हड्डियां जे सुट्टण वालियां ते गन्ना जे खलोता ते भाजी पईयां ने भी चल जाणा हिसाब सूब करना वा ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈਗਾ ਵਾ ਜੇ ਤੇ ਤੁਸੀਂ ਗੰਨਾ ਚੁੱਕਣਾ ਠੀਕ ਆ ਡੈਡੀ ਦੋ ਪਿਆਲੀਆਂ ਹੈਗੀਆਂ ਤੇ ਮੈਂ ਬੁੱਢੀ ਫਿਰ ਲੈ ਜਾਣਾ ਫਿਰ ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈਗਾ ਵਾ ਭਾਜੀ ਪਰ ਮੇਰਾ ਵੀ ਕੰਮ ਰੁਕਿਆ ਨਾ ਇੱਧਰ ਤੇ ਚਲੋ ਠੀਕ ਹੈ ਫਿਰ ਚਲੋ ਠੀਕ ਠੀਕ ਆ ਆਪ ਹੀ ਆ ਜਾਓਗੇ ਕਿ ਜੇ ਮੈਂ ਭੇਜਾਂ ਮੈਂ ਮੁੰਡੇ ਨੂੰ ਚਲੋ ਠੀਕ ਆ ਆਉਣਾ ਤੁਸੀਂ ਤੇ ਦਫ਼ਤਰ ਹੈਗਾ ਵਾ ਚਲੋ ਠੀਕ ਹੈ ਫਿਰ ਹਾਂ ਚਲੋ ਠੀਕ ਹੈ ਚੰਗਾ ਭਾਜੀ ਸਤਿ ਸ਼੍ਰੀ ਅਕਾਲ ਓਕੇ मेरी गल सुन वड्या जो सारा गन्ना मकरी खड़िया वा वो खराब क्यों कर डे तेन जे नहीं तो फिर बुटरी लै जाओ हां यार की मेरा लगता फोन से जी गल हों वक्री होंगी आपने चली उसे दफ्तरे ਵੱਡਿਆ ਮੇਰੇ ਕੋਲ ਹੈਗਾ ਟਾਈਮ ਤੇ ਚੱਲ ਚੱਲਦੇ ਦਫ਼ਤਰ ਨਾਲੇ ਉਹਨਾਂ ਦੀ ਲਾਹ ਫਾਹ ਕਰਕੇ ਆਉਂਦੇ ਆ ਉੱਠੇ ਨੀ ਮੁੰਡਿਆਂ ਦੇ ਕਿੱਥੇ ਉੱਠੇ ਆ ਦੋਵਾਂ ਵਾਲੀ ਗਈਆਂ ਤੇ ਦੋਵੇਂ ਆਂਦੇ ਕੋਈ ਨਹੀਂ ਉੱਠ ਜਾਂਦੇ ਆ ਫਿਰ ਇਹਨਾਂ ਨੂੰ ਇੰਨਾ ਸੁਭਾਅ ਦਾ ਨਹੀਂ ਪਤਾ ਵੀ ਕਿੱਦਾਂ ਦਾ ਉਹਨਾਂ ਦਾ ਸੁਭਾਅ 4 ਵਜੇ ਤੋਂ ਆਪ ਉੱਠ ਪੈਂਦੇ ਆ ਗਾਲਾਂ ਖਾ ਕੇ ਉੱਠਣ ਦੀ ਆਦਤ ਪੈ ਗਈ ਆ ਰੋਜ਼ ਖਾਣਗੇ ਟਾਪੇ ਉੱਠ ਜਾਣਾ ਉਹੋ ਹੀ ਤੇ ਗੱਲ ਫਿਰ ਪਤਾ ਕੀ ਆਂਦੇ ਸਾਨੂੰ ਗਾਲਾਂ ਕੱਢਦੇ ਆ ਗੁੱਸੇ ਹੁੰਦੇ ਆ ਤੇ ਉਹਨੂੰ ਹੁਣਾਈਆਂ ਕੀ ਕਰਨਾ ਫਿਰ ਚੱਲ ਕੋਈ ਨਹੀਂ ਆਪੇ ਉੱਠ ਜਾਣਗੇ ਫਿਰ ਆਲਾ ਮੈਂ ਦੁੱਧ ਗਰਮ ਕੀਤਾ ਦੋਵਾਂ ਭਰਾ ਹੁੰਦੇ ਆ ਜਾ ਕੇ ਤੇ ਮੈਂ ਰੋਟੀ ਪਾਣੀ ਦਾ ਕਰ ਲੈਣ ਲੱਗੀ ਆ ਤੇ ਤੂੰ ਸਫਾਈਆਂ ਦਾ ਕਰ ਲੈ ਸਾਰੇ ਚੰਗਾ ਕੋਈ ਗੱਲ ਨਹੀਂ ਮੈਂ ਕਰ ਲੈਂਦੀ जुम्मेवारियां हो गए मैं उठते क्यों नहीं रमन फौजी आखे क्यों ना करदे ते कख है नहीं गे लोकां दे न्याणे पट्ठे तथे पारे अजे तक लम्मे पे आ पाजी तुहाडी गल ते ठीक आ पर न्याणे वी हुण जवान होए आ मैनूं इह वी ज्यादे दबके ना मारना फिर बच्चे गाड़ी ना बोल पैण ते इज्जत नहीं रहिंदी ਉਹਦਾ ਵੀ ਤੋਏ ਤੱਕ ਉੱਠਿਆ ਨਹੀਂ ਕਦੋਂ ਤੱਕ ਤੜ ਚੜਿਆ ਹੋ ਡੈਡ ਕੀ ਗੱਲ ਹੋਈ ਆ ਹੋਣਾ ਕੀ ਆ ਉਹ ਤਾਂ 9 ਵਜ ਗਏ ਤੱਕ ਤੂੰ ਸੁੱਤੇ ਤੁਸੀਂ ਉਦੋਂ ਦੇ ਤੁਹਾਡੀ ਮਾਵਾ ਜਿਹੜੀ ਕਹਿੰਦੀ ਹੈ ਕੁਛ ਨਹੀਂ ਤੁਹਾਨੂੰ ਯਾਰ ਉੱਠ ਜਾਣੇ ਆਂ ਕੀ ਕਰਨਾ ਡੈਡੀ ਉੱਠ ਕੇ 10 ਮਿੰਟਾਂ 'ਚ ਬ੍ਰਸ਼ ਬੁਸ਼ ਕਰਕੇ ਨਹਾ ਕੇ ਉੱਥੇ ਬਾਹਰ ਆ ਜਾ ਮੇਰੇ ਲਾਗੇ ਯਾਰ ਇਹ ਸੀ ਸੇ ਦਵਾਈ ਹੋਈ
ਰੋਟੀ ਖਾਣੀ ਕਰਾ ਕੇ ਤਾਂ ਹੁਣ ਚੰਗਾ ਰਿਹਾ ਵਾ। ਹੁਣ ਹੀ ਪਿਓ ਨੂੰ ਛੱਡ ਦੇ, ਅੱਖਾਂ ਤੇਰੀਆਂ ਖੁੱਲਣ ਨਹੀਂ ਦੇਣਾ, ਉੱਠਦੇ ਨੇ ਫੇਰ ਤੂੰ ਫੜ ਲਿਆ। ਅੰਮਾ ਤਾਂ ਸਾਰਾ ਕਸੂਰ ਤੇਰਾ, ਤੂੰ ਵੀ ਨਹੀਂ ਦੱਸਿਆ ਨੂੰ ਜਾਗ ਕੇ ਸੁੱਤੇ ਆ। ਮੇਰਾ ਕਹਦਾ ਕਸੂਰ ਆ, ਤੈਨੂੰ ਤੇ ਮੈਂ ਠਾਲ ਕੇ ਗਈ, ਜੇ ਚੰਗਾ ਹੁੰਦਾ ਤਾਂ ਉਹਦੇ ਉੱਠ ਕੇ ਮੇਰੇ ਮਗਰ ਆ ਜਾਂਦਾ। ਉਹ ਜਾਓ ਗਾ ਹੁਣ ਲੱਗਾ ਮੈਂ ਵੀ। ਤੇਰੀ ਤਾਂ ਹੋ ਗਈ, ਹੁਣ ਦੂਜੇ ਵੱਗ ਵੀ ਗਿਆ ਈ। ਫੇਰ ਸਿਰੇ ਗਾਣਾ ਪਾ ਦਿੰਦਾ। ਤੁਹਾਡੇ ਕੰਮ ਹੀ ਗਾਣਾ ਵਾਲੇ ਆ ਤੇ। ਜੋਹਨ ਤੂੰ ਉੱਠ ਗਿਆ ਨਾ? ਉਹ ਮੈਂ ਤੇ ਭਰਾਵਾ ਉੱਠ ਗਿਆ, ਤੈਨੂੰ ਦੱਸ ਬੜੀਆਂ ਕਮਰੇ ਚੋਂ ਆਵਾਜ਼ਾਂ ਆਉਂਦੀਆਂ ਸੀ। ਕੋਈ ਯਾਰ ਆਵਾਜ਼ਾਂ ਕਰਦੀ ਆਉਂਦੀ, ਮੈਂ ਬੋਜੀ ਸਾਹਿਬ ਨਹੀਂ ਆਏ। ਅੱਛਾ, ਉਹਨਾਂ ਦੇ ਕੰਬਲ ਮਾਰਿਆ ਮੇਰੇ ਤੋਂ ਚੁੱਕੇ। ਆਉਂਦਾ ਵੀ ਉੱਥੋਂ ਟਾਈਮ ਵੇਲਾ ਕਿੰਨਾ ਹੋ ਗਿਆ। ਉਹ ਟਾਈਮ ਤੇ ਹੋ ਗਿਆ ਸੀ, ਉਧਰੋਂ ਆਵਾਜ਼ਾਂ ਆਉਂਦੀਆਂ ਤੇ ਮੈਂ ਇੱਧਰੋਂ ਉੱਠ ਗਿਆ। ਟਾਈਮ ਤੇ ਬੜੀਆਂ ਕੱਢ ਕੇ ਗਿਆ ਮੈਨੂੰ। ਉਹ ਚੱਲ ਕੋਈ ਗੱਲ ਨਹੀਂ, ਕਿਹੜੀ ਦੱਸ ਹੁਣ ਸਾਬੀ ਨੇ ਟਾਈਮ ਦਿੱਤਾ ਸੀ 10 ਵਜੇ ਦਾ। ਉਹ ਸਾਬੀ ਨੇ ਤੇ ਦਿੱਤਾ ਸੀ ਸਾਡੀ ਮਾਤਾ ਵੇ, ਉਹਨੂੰ ਜਾ ਕੇ ਦੱਸਣ ਦੀ ਵੀ ਮੁੰਡੇ ਦੀ ਅਜੇ ਉੱਥੇ। ਉਹ ਯਾਰ ਇਹ ਪੜਦਾ ਨਹੀਂ ਨਾ ਪੁੰਜੀ, ਪਤਾ ਪੜਦਾ ਪਾ ਦੇ, ਪਤਾ ਤਾਂ ਹੈਗਾ ਵੀ ਉਹਨੂੰ ਬੋਲਣ ਦੀ ਆਦਤ ਹੋਈ। ਯਾਰ ਉਹ ਵੀ ਆਪਣੇ ਰੂਲ ਵਰਤਦਾ ਰਹਿੰਦਾ ਵੀ ਜਿੱਦਾਂ ਮੈਂ ਫੌਜ ਕਰ ਦਿੰਦਾ ਨਾਲੇ ਉੱਠ ਕੇ ਕਰਨਾ ਕੀ ਆ, ਕੱਖ ਵੀ ਨਹੀਂ। ਆਹੋ ਏਦਾਂ ਕਰਦੇ ਹਾਂ, ਤਿਆਰ ਮੈਂ ਵੀ ਹੋ ਗਿਆ ਤੇ ਤੂੰ ਵੀ ਤਿਆਰ ਹੀ। ਆਹੋ ਏਦਾਂ ਤਿਆਰ ਹੀ ਹੋਰ, ਏਦਾਂ ਕਰਦੇ ਚਾਹ ਕੁੜ ਕੁੜ ਪੀ ਕੇ ਨਾ ਤੇ ਚੱਲੀਏ। ਅੱਜ ਨੂੰ ਕਿਹਾ ਉਹਨੇ? ਆਹੋ ਜਨਮ ਦਿਨ ਉਹ ਅੱਜ, ਉਹ 12 ਵਜੇ ਕਹਿਣ ਗਿਆ। ਉਹ ਚੱਲ ਪਹਿਲਾਂ ਕੜੀ ਚੱਲਦੇ ਹਾਂ, ਚੱਲ ਲਵਾਂਗੇ ਸ਼ਹਿਰ ਘੁੰਮ ਘੁੰਮ ਲਵਾਂਗੇ ਉੱਥੇ। ਨਾਲੇ ਉਹ ਜਾਣਾ ਗੱਡੀ ਦੀ, ਗੱਡੀ ਤੇ ਜਾਵਾਂਗੇ ਮੋਟਰਸਾਈਕਲ ਤੇ ਕਰਨਾ ਚੱਲਾਂ ਸੀ। ਆਹੋ ਨਿਆਣੇ ਉੱਠੇ ਆ? ਨਿਆਣੇ ਉੱਠੇ ਠਾਲਾਂ ਤੇ ਗਈ ਹੈ ਦੋਵਾਂ ਨੂੰ। ਅੱਛਾ, ਤੇ ਇਹਨਾਂ ਗਾਲਾਂ ਖਾਧੀਆਂ, ਹੁਣ ਲਵਲੀ ਨੇ ਤਾਂ ਵਾਹ ਵਾਹ ਆਪਣੇ ਪਿਓ। ਅੱਛਾ ਚੱਲ ਚੰਗਾ, ਪਤਾ ਨਹੀਂ ਹੁਣ ਅੰਦਰ ਵੜੇ ਦੋਵੇਂ ਜਾਣੇ, ਆਵੇ ਆਵਾਜ਼ ਆਉਣ ਡਈ ਹਿਲਮਣ ਡਏ। ਡਏ ਹੁਣੇ ਕੋਈ ਸਕੀਮ ਕਾਢ ਨਾ ਕੇ ਹੋਰ ਇਹਨਾਂ ਨੂੰ ਕੰਮ ਕਰਦਾ ਵਾ। ਵੇਖੋ ਕੀ ਕਰਦੇ ਆ ਨਵਾਂ ਤਾਜ਼ਾ, ਪਰ ਗਾਲਾਂ ਜਾਣ ਕੇ ਖਾਂਦੇ ਆ, ਟਾਈਮ ਨਾਲ ਉੱਠਣ ਤੇ ਨਾਲੇ ਉਹਨਾਂ ਨਾਲ ਥੋੜਾ ਬਹੁਤਾ ਕੰਮ ਕਰਾ ਦੇਣ। ਆਦਤ ਪਈ ਇਹਨਾਂ ਨੂੰ ਉਹੋ ਹੀ ਨਾ, ਖਾਣ ਦੇ ਗਾਲਾਂ ਕੋਈ ਗੱਲ ਨਹੀਂ। ਲਓ ਭੈਣ ਜੀ ਆ ਗਈ ਹੈ ਹੁਣ ਖਾਂਦੇ ਜੀ। ਨੌਕਰੀ ਪੇਸ਼ਾ ਹੈ ਤੇ ਹੁਣ ਸਾਨੂੰ ਵੀ ਕਹਿੰਦਾ ਵੀ ਓਦਾਂ ਹੀ ਉੱਠੋ। ਮੇਰੀ ਗੱਲ ਸੁਣ ਪੁੱਤ, ਗਾੜੀ ਆਉਣ ਵਾਲੇ ਟਾਈਮ ਵਿੱਚ ਨਾ ਟਾਈਮ ਨਾਲ ਉੱਠੋਗੇ ਨਾ ਤੇ ਵਧੀਆ ਰਹੋਗੇ। ਪੁੱਤ ਤੁਹਾਡੇ ਰਿਸ਼ਤੇ ਵੀ ਕਰਨੇ ਆ, ਏਦਾਂ ਅੰਦਰ ਹੀ ਪਏ ਰਹੇ ਅੱਧਾ ਦਿਨ ਟੀ ਅੰਦਰ ਪੈ ਕੇ ਨਗਾਤਾ ਤੇ ਕਰਨਾ ਤੁਸੀਂ ਖੇ ਆ। ਪਰ ਉੱਠ ਕੇ ਕਰਨਾ ਕੀ ਆ, ਦੱਸ ਕੋਈ ਕੰਮ ਨਹੀਂ ਲੱਗਦਾ। ਵੇਖੋ ਸੋਚੋ ਆਪਣਾ, ਅੱਗੇ ਟਾਈਮ ਹੋਰ ਹੁੰਦਾ ਸੀਗਾ, ਲੋਕੀ ਰਿਸ਼ਤਾ ਰੁਸ਼ਤਾ ਕਰ ਦਿੰਦੇ ਏਦਾਂ ਵੀ ਘਰ ਹੈਗਾ ਸਭ ਕੁਛ, ਤੇ ਹੁਣ ਲੋਕੀ ਪਹਿਲਾਂ ਪੁੱਛਦੇ ਵੀ ਮੁੰਡਾ ਕਰਦਾ ਕੀ ਆ। ਉਹ ਮੰਮੀ ਰਹਿਣ ਤੇ ਜਾਣ ਤੋਂ ਗੁੱਸੇ ਹੋਗਾ, ਉਹ ਗੱਲਾਂ ਪਹਿਲਾਂ ਚਾਚਾ ਬੋਲ ਵੀ ਪਿਆ, ਹੁਣ ਤੁਸੀਂ ਬੋਲਣ ਰਹਿ ਜਾਓ। ਲਵਲੀ ਦੱਸ ਗਿਆ ਦੇਖ ਜਾਣਾ। ਤਾਈ ਜੀ ਅਸੀਂ ਜਾਣਾ ਵਾ ਜੀ ਸ਼ਹਿਰ। ਵੀ ਸ਼ਹਿਰ? ਅੱਜ ਕੀ ਕੰਮ ਆ ਸ਼ਹਿਰ ਤੁਹਾਨੂੰ? ਉਹ ਸਾਬੀ ਨਹੀਂ ਮਾਈਆਂ ਵਾ ਜਿਹੜਾ ਹੁੰਦਾ ਹੁੰਦਾ ਸਾਡੇ ਨਾਲ? ਆਹੋ ਜਾਣਨੀ ਆ ਗੱਲ, ਦੱਸ। ਉਹਦਾ ਜਨਮ ਦਿਨ ਵਾ ਤੇ ਉਹ ਕਹਿੰਦਾ ਮੈਂ ਪਾਰਟੀ ਕਰਨੀ ਆ ਉੱਥੇ। ਬਸ ਠੀਕ ਵਾ, ਇਹੋ ਤਿਆਰੀ ਕਰਦੇ ਹੁਣੇ ਅੰਦਰ ਪਿਆ ਜਨਮ ਦਿਨ ਤੇ ਨਿਕਲ ਜਾਂਦੇ ਆ। ਕੰਮ ਤੇ ਹਾਜੀ ਤੁਹਾਨੂੰ ਆ ਜਾਣਾ ਨਾ, ਅੱਧੇ ਘੰਟੇ ਦੇ ਵਿੱਚ ਆ ਜਾਣਾ ਮੈਂ। ਭੈਣ ਜੀ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਕੋਈ ਸਕੀਮ ਕਾਢ ਡਏ ਆ, ਉਹ ਗੱਲ ਹੋਈ ਹੈ ਨਾ। ਆ ਗਏ ਦੋਵੇਂ ਜਾਣੇ ਵੀ ਜਾਣਾ ਵਾ, ਆ ਜਾਣਾ ਹੀ ਪੈਣਾ ਉਹਨਾਂ ਤੋਂ। ਨਹੀਂ ਆਪ ਨਿਕਲ ਜਾਣਾ ਦੋਵਾਂ ਨੇ ਤੇ ਉਹ ਨਾਲ ਕੇ ਸਾਡੇ ਦਵਾਲੇ ਹੋ ਜਾਣਾ ਵਾ। ਉਹ ਨਹੀਂ, ਉਹ ਕਹਿੰਦੇ ਆ ਛੇਤੀ ਆ ਜਾਣਾ ਵਾ। ਉਹ ਨਾ ਨਾ ਗੁੱਸੇ ਹੋਈ ਜਾਓ, ਨਾਲੇ ਸਾਨੂੰ ਪੈਸੇ ਦਿਓ ਥੋੜੇ ਜਿਹੇ। ਆਹੋ ਤਾਂ ਰੋਜ਼ ਪੈਸੇ ਚਾਹੀਦੇ ਆ, ਪੈਸੇ ਦਰਖਤਾਂ ਨਾਲ ਲੱਗੇ ਤਾਂ ਪੁੱਟ ਪੁੱਟ ਦੇਈ ਜਾਈਏ। ਨਾਲੇ ਅਸੀਂ ਗੱਡੀ ਤੇ ਜਾਣਾ ਵਾ। ਦਵਾ ਦਾ ਮੈਂ ਕਰ, ਤੁਹਾਨੂੰ ਬੱਸ ਨਾ ਕਰਕੇ ਦਵਾਂ ਜਾਣ ਵਾਸਤੇ। ਕਹਿੰਦੇ ਕਿੱਥੇ ਜਾਣਾ ਵਾ? ਯਾਰ ਕਹਿੰਦੇ ਕਿਤੇ ਖਰੇ ਬਾਈਆਂ ਜਾਣਾ, ਕਿੱਥੇ ਜਾਣਾ? ਮੇਰੀ ਗੱਲ ਸੁਣੋ ਪਹਿਲਾਂ, ਉਹ ਕੋਈ ਘਰ ਦਾ ਵੀ ਕੰਮ ਧੁੰਦਾ ਵੇਖ ਲਿਆ ਕਰੋ ਵੀ ਸਾਡੇ ਪਿਓ ਕੀ ਕਰਦੇ ਆ। ਇਹ ਸਾਰੀ ਉਮਰ ਮਰ ਗਿਆ ਫੌਜ, ਮੈਂ ਸਾਰੀ ਦਿਹਾੜੀ ਨਾਲ ਕਦੀ ਮੇਰੀ ਬੰਬੀ ਦੇ ਉੱਤੇ, ਕੋਈ ਸ਼ਰਮ ਨੂੰ ਹੱਥ ਮਾਰੀ ਦੇ ਕਰੋ। ਉਹ ਡੈਡੀ ਅਸੀਂ ਸ਼ਹਿਰ ਤੱਕ ਹੀ ਜਾਣਾ ਵਾ, ਤੁਸੀਂ ਤੇ ਐਵੇਂ ਸਾਡੇ ਦੁਆਲੇ ਹੋ ਗਏ ਜਾਣ ਕੇ, ਦੋਵਾਂ ਨੇ ਅਸੀਂ ਜਾਣਾ ਵਾ ਤੇ ਝੱਟ ਅਸੀਂ ਆ ਜਾਣਾ ਵਾ। ਫੌਜੀ ਸਾਹਿਬ ਇਹਨਾਂ ਨੂੰ ਪਾਦਰੀ ਸੜਕ ਤੇ ਕੋਠਾ ਇੱਕ, ਉੱਥੋਂ ਹੀ ਆ ਜਾ ਕੇ ਤੇ ਉੱਥੋਂ ਹੀ ਦੱਸਿਆ ਕਰਾਂਗੇ ਨਾ ਸਾਡਾ ਕੀ ਸਵਾਰਨਾ ਵਾ। ਠੀਕ ਨਹੀਂ? ਨਾਲੇ ਇਹਨਾਂ ਨੂੰ ਵੱਡਿਆ ਕਾਰ ਦੇਣੀ ਨਹੀਂ ਆ, ਜੋ ਮਰਜ਼ੀ ਹੋ ਜਾਏ, ਮੈਂ ਤਾਂ ਤੇਲ ਪਾਉਣ 'ਚ ਰਹਿੰਦਾ ਵਾ ਤੇ। ਉਹ ਚਲੋ ਜੇ ਗੱਡੀ ਨਹੀਂ ਸਾਨੂੰ ਦੇਣੀ ਤੇ ਅਸੀਂ ਬੁੱਟ ਲੈ ਜਾਂਦੇ। ਲਵਲੀ ਗੱਲ ਸੁਣੋ ਮੇਰੀ, ਦੋਵੇਂ ਜਾਣੇ ਬੁੱਟ ਮੋਟਰਸਾਈਕਲ ਲਈ ਮੈਂ ਉਹੀ ਚੱਲੇ ਆਪ ਤੇ ਦੂਜਾ ਮੋਟਰਸਾਈਕਲ ਖਾਣਾ ਤੇ ਲੈ ਜਾਓ ਯਾਰ। ਇਹ ਦੇ ਵੇਲੇ ਆ ਜਾਈਏ, ਚਲੋ ਲੈ ਪੈ ਗਈ ਠੰਡ, ਹੁਣ ਹੋ ਗਏ ਸੌਖੇ ਦੋਵੇਂ ਜਾਣੇ। ਤਾਈ ਸਭ ਕੁਝ ਤੁਹਾਡੇ ਹੱਥ ਵਾਸੀ ਆ ਨਾ, ਮੰਮੀ ਦੇ ਤੇ ਤੇਰੇ, ਤੁਸੀਂ ਕਹਿ ਦਿੰਦੇ ਤਾਂ ਉਹਨਾਂ ਘੁੰਮਣਾ ਹੀ ਨਹੀਂ। ਹਾਂ ਤੁਹਾਡਾ ਕੰਮ ਚੰਗਾ ਵਾ, ਘੁੰਮਣ ਤੁਸੀਂ ਜਾਣਾ ਵਾ ਤੇ ਗਾਲਾਂ ਸਾਨੂੰ ਦੋਵਾਂ ਜਾਣ ਨੂੰ ਫੜਾ ਦਿਆ ਕਰੋ, ਉਹ ਸਾਡੇ ਦੁਆਲੇ ਹੋ ਜਾਂਦੇ ਆ। ਜੋ ਆਪਣੇ ਚੱਲ ਯਾਰਾਂ ਨੂੰ ਆਪੇ ਵੇਖਣਾ ਪੈਣਾ। ਚੱਲ ਯਾਰ ਸਾਬੀ ਨੂੰ ਫੋਨ ਕਰਨੀ ਵੀ, ਨਿਆਣੇ ਛੇਤੀ ਆ ਜਾਓ ਹੁਣ ਚੱਲੀਏ ਜਿੱਤੇ। ਵੇਖ ਲਓ ਟਲਦੇ ਨੀਗੇ, ਕਹਿ ਕੇ ਵੀ ਗਏ ਆ ਉਹ ਤੇ ਨਹੀਂ ਜਾਣਾ ਤੇ ਫਿਰ ਹਾਰ ਜਾਂਦੇ ਜੀ। ਉਹੀ ਗੱਲ ਵਾ ਨਾ।
ਵੇਲਾ ਫੌਜੀਆ ਟਾਈਮ ਕਿਹੋ ਜਿਹਾ ਆ ਗਿਆ ਜੀ, ਨਿਆਣੇ ਨਵਾ ਕੇ ਕਰਦਾ ਫਿਕਰ, ਮੋਟਰਸਾਈਕਲ ਚਾਹੀਦੇ ਜਾਣ ਵਾਸਤੇ ਤੇ ਗੱਡੀਆਂ ਫਿਰਨ ਵਾਸਤੇ, ਤੇ ਮਿਹਨਤ ਨਹੀਂ ਉਹ ਕਰਦਾ। ਕਾਰ ਤੋਂ ਉਹਨਾਂ ਨੂੰ ਕਰਤਾ ਵਾ ਮਨਾ, ਤੇ ਇੱਕ ਮਾਰ ਤੇ ਅਸੀਂ ਚੱਲੀਏ, ਆਪੀ ਜਦ ਤੇ ਮਰਜ਼ੀ ਜਾਣ ਨਾ ਜਾ। कुछ नी आ, कर दे निके मोटे काम ही गे। अच्छा, ते कणक पाई सुकने। अच्छा ठीक है, मैं ना फोन किया है कि रिश्ता भी बड़ा बढ़िया। अच्छा ठीक है, जोबन वास्ते भैन जी तुहानू पता है ही है जोबन निका वा। ना जोबन निका, पर व्याह करना ही होता होना। नहीं चल कोई नी, दाज आपां की करना, साडे घर आपदा दित्ता सब कुछ हैगा वा, सानू केड़ी कमी है किसी चीज दी। हां नहीं, ओदा परिवार बड़ा वधिया, कुड़ी बड़ी वधिया पढ़ी लिखी आ, समझदार आ, सियाणी आ। अच्छा आहो, ते बाकी तुहाडी मर्जी, अपने घर सलाह मशवरा कर लियो, ते जे तुहानू चंगा लगूगा ते फिर मैं अग्गे तुहानू दसूंगी। चलो कोई गल नहीं, मैं रमन नाल सलाह कर लैनी आ, ते मुंडा आउंदा वा ते ओहनू पुछ लैने आ। आहो लवली नू पुछ लो तुसीं। हां कोई गल नहीं, हांजी ते करके ना सलाह। हांजी आहो, जेहड़ी सलाह बनूगी ना ते फिर मैनूं तुसीं दस दिओ। कोई गल नहीं, आपां सारे जाने बैह के सलाह कर लांगे ते फिर तुहानूं शाम नूं फोन करके दस दांगे। चक्का चलो ठीक आ। चलो चंगा भैन जी, सत श्री अकाल। चंगा सत श्री अकाल। बड़ी चुप करके बह गई हां। चुप करके भैन जी मैं की बहना वा, सोच ही पई हां कि मुंडिया नूं ना प्योवां तों डर नहीं जे लगदा। ਦੋਵੇਂ ਜਾਣੇ ਫੇਰ ਵੇਖ ਲਓ ਗੱਡੀ ਲੈ ਕੇ ਚੱਲ ਗਏ, ਉਹਨਾਂ ਨੇ ਫਿਰ ਦਿਵਾਲੀ ਹੋਣਾ ਇਹਨਾਂ ਦੇ। ਹੈ ਤਾਂ ਤੇਰੀ ਗੱਲ ਬਿਲਕੁਲ ਠੀਕ ਵਾ, ਮੈਂ ਤਾਂ ਪਤਾ ਇੱਕ ਗੱਲ ਹੋਰ ਆਨੀ ਆ, ਵੀ ਆ ਪ੍ਰਭ ਭੈਣ ਜੀ ਦਾ ਫੋਨ ਆਇਆ ਸੀਗਾ। ਅੱਛਾ, ਤੇ ਜੋਬਨ ਦੇ ਰਿਸ਼ਤੇ ਦੱਸ ਪਾਉਣ ਡਈ ਸੀਗੀ, ਤੇ ਮੈਂ ਤਾਂ ਕਿਹਾ ਵੀ ਜੋਬਨ ਨਿੱਕਾ ਵਾ ਤੇ ਚੱਲ ਲਵਲੀ ਦੀ ਸਲਾਹ ਕਰ ਲੈਂਦੇ ਆਪਾਂ, ਤੇ ਇੱਕ ਜਾਣੇ ਨੂੰ ਫਾਹੇ ਲਾਵਾਂਗੇ ਨਾ ਤੇ ਫਿਰ ਬੰਦੇ ਬਣਨਾ ਇਹਨਾਂ ਨੇ ਜਦੋਂ ਜ਼ਿੰਮੇਵਾਰੀ ਸਿਰ ਤੇ ਪਊ। ਹੈ ਤਾਂ ਭੈਣ ਜੀ ਤੁਹਾਡੀ ਗੱਲ ਠੀਕ ਵਾ, ਪਰ ਇੱਕ ਗੱਲ ਆ ਰਮਨ, ਕਹਿੰਦੇ ਵੀ ਕੁੜੀ ਪੜ੍ਹੀ ਲਿਖੀ ਆ ਤੇ ਸੋਹਣੀ ਆ ਤੇ ਪਰ ਦਾਜ ਨਹੀਂ ਮਿਲਣਾ। ਭੈਣ ਜੀ ਮੈਂ ਵੀ ਇਹੋ ਗੱਲ ਸੋਚਦੀ ਹਾਂ ਵੀ ਲਵਲੀ ਕਿਸੇ ਬੰਨੇ ਸੈੱਟ ਹੋ ਜਾਊਗਾ ਨਾ ਤੇ ਫੇਰ ਹੀ ਕਰਾਂਗੇ, ਅਜੇ ਇਕੱਲੇ ਦਾ ਖਰਚਾ ਨਹੀਂ ਮਾਣ ਤੇ ਹੁਣੇ ਵਿਆਹ ਕਰ ਲਈਏ ਤੇ ਮੁੜ ਕੇ ਦੋਵਾਂ ਜਾਣਿਆਂ ਨੂੰ ਖਰਚਾ ਕਿੱਥੋਂ ਦੇਣਾ। ਚੱਲ ਵੇਖ ਲਓ, ਆਉਂਦੇ ਆ ਬਾਹਰੋਂ ਤੇ ਸਲਾਹ ਕਰ ਲੈਂਦੇ ਉਹਨਾਂ ਨਾਲ ਵੀ ਇੱਕ ਵਾਰੀ, ਤੇ ਜੇ ਕੁੜੀ ਚੰਗੀ ਪੜ੍ਹੀ ਲਿਖੀ ਮਿਲ ਜਾਏ ਸਾਨੂੰ ਤਾਂ ਹੋਰ ਕੀ ਚਾਹੀਦਾ ਵਾ। ਚੱਲ ਕੋਈ ਨਹੀਂ, ਆਉਂਦੇ ਆ ਤੇ ਪੁੱਛ ਲਿਓ ਤੁਸੀਂ ਉਹਨਾਂ ਨੂੰ ਵੀ। ਆਹ ਸਾਰੀਆਂ ਚੀਜ਼ਾਂ ਨਹੀਂ ਲੱਭਦੀਆਂ ਹੁੰਦੀਆਂ। ਭੈਣ ਜੀ ਉਹ ਤਾਂ ਤੁਹਾਡੀ ਸਲਾਹ ਨਾਲ ਹੀ ਕਰਨਾ ਵਾ, ਕੋਈ ਗੱਲ ਨਹੀਂ, ਉਹ ਵੀ ਬਾਹਰੋਂ ਆਉਂਦੇ ਆ, ਮੁੰਡੇ ਵੀ ਲਾਗੇ ਬਹਾਲ ਲਾਂਗੇ ਤੇ ਕਰ ਲਾਂਗੇ ਸਲਾਹ, ਜੇ ਮੰਨਣਗੇ ਤੇ ਕਰ ਲਾਂਗੇ ਫਿਰ। ਮੈਂ ਤਾਂ ਨਹੀਂ ਚਲਾ ਫੇਰਾ ਤੋਰਾ ਜਿਹੜਾ ਘੱਟ ਜੂਗਾ ਇਹਨਾਂ ਦਾ। ਚਲੋ ਕੋਈ ਨਹੀਂ ਕਰ ਲੈਂਦੇ ਹਾਂ।
हेलो पढ़ी पुड़ी है मातड़वा देना दूना नहीं उन्होंने कुछ भी मेरी गल सुनो मासी जी लवली सारे पासू वधिया वा शरण मेरे मन विच भी एहो गल हैगी भी जे मातड़ घर मुंडा विआह लिया तो सारे रिश्तेदार मैं गलां करनिया भी सब कहे वाले हो तुम तो कितने मुंडा विआह लिया ਤੇ ਮੈਂ ਵੀ ਤੇ ਗੱਲ ਆ ਨਾ ਮਾਸੀ ਗੱਲਾਂ ਤੇ ਲੋਕਾਂ ਨੇ ਕਰਨੀਆਂ ਕਰਨੀਆਂ ਨੇ ਜਦੋਂ ਆਪਾਂ ਘਰ ਹੀ ਇਦਾਂ ਦਾ ਲੱਭਣਾ ਵਾ ਇਦਾਂ ਕਰੋ ਵੀ ਤੁਸੀਂ ਮੇਰੀ ਗੱਲ ਮੰਨੋ ਕੁੜੀ ਵੀ ਵਧੀਆ ਵਾ ਪਰ ਬੜੀ ਥੋੜੀ ਜੀ ਘੱਟ ਜੇ ਤੂੰ ਉੱਥੇ ਕਰ ਦੋ ਵੀ ਚੱਲ ਫੇ ਤੂੰ ਮੇਰੀ ਗੱਲ ਸੁਣ ਹਾਂਜੀ ਤੂੰ ਨਾ ਕੱਲ ਨੂੰ ਆਵੀ ਤੇ ਆਣ ਕੇ ਨਾ ਤੇ ਇੱਥੇ ਬਹਿ ਕੇ ਸਲਾਹ ਕਰਾਂਗੇ ਨਾਲੇ ਤੇ ਤੇਰੇ ਮਾਸੜ ਨੂੰ ਲਾਗੇ ਬਹਾਲ ਲਾਂਗੇ ਹਾਂਜੀ ਤੇ ਜਿਹੜੀ ਮੂੰਹ ਤੇ ਗੱਲ ਹੋ ਜਾਣੀ ਉਹ ਹੋਰ ਹੁੰਦੀ ਹੈ ਤੇ ਜਿਹੜੀ ਫੋਨਾਂ ਤੇ ਇਦਾਂ ਗੱਲ ਕਰੀਦੀ ਉਹ ਗੱਲ ਦੇ ਵਿੱਚ ਨਾ ਸਵਾਦ ਜਿਹਾ ਨਹੀਂ ਆਉਂਦਾ चल शरण ने बड़ा वधिया कीता ही मेरे मन की भी रीझ पूरी होगी नहीं तो कल वड्डी ने गल करनिया किता मैनू कह दई भी मैं अपना मुंडा सौखे घर व्याहूंगी तो जिहड़ी माड़ी मोटी दस पैंदी है मुंडे का करा दिंदी।